ਭਾਈ ਜੀ ਕਦੋਂ ਪਹੁੰਚੇ ਸੀਗੇ ਫਸਲ ਲੈ ਕੇ ਮੰਡੀ ਦੇ ਵਿੱਚ ਮੱਛੀ ਵੇਰੇ 4-5 ਦਿਨ ਹੋ ਗਏ ਆ ਤੇ ਹਜੇ ਤਾਂ ਇੰਤਜ਼ਾਮ ਤਾਂ ਸਾਰਾ ਵਧੀਆ ਆ ਰੋਟੀ ਪਾਣੀ ਦਾ ਜਾਂ ਫਿਰ ਜੋ ਰਹਿਣ ਸਹਿਣ ਦਾ ਜੋ ਸਾਰਾ ਕੁਝ ਵਧੀਆ ਆ ਇੱਥੇ ਉਹ ਕੀ ਕਾਰਨ ਰਿਹਾ ਬਈ ਲੇਟ ਫਸਲ ਬੀਜੀ ਸੀਗੀ ਉਸ ਦੀ ਵਜ੍ਹਾ ਕਰਕੇ ਜਾਂ ਕੋਈ ਹੋਰ ਕਾਰਨ ਹੈ ਕਿਵੇਂ ਕੁਝ ਲੇਟ ਫਸਲ ਬੀਜੀ ਸੀਗੀ ਕੁਝ ਆਇਆ ਧੁੰਦਾ ਜ਼ਿਆਦਾ ਪੈਣ ਲੱਗ ਪਈਆਂ ਉਹਦੇ ਹੀ ਕਰਕੇ ਇਸ ਚੀਜ਼ ਦੀ ਦਿੱਕਤ ਆ ਜੀ ਪ੍ਰਬੰਧ ਕੀ ਮੈਨੇ ਸਰਕਾਰ ਦੇ ਪ੍ਰਬੰਧ ਪੁਖਤਾ ਕੀਤੇ ਹੋਏ ਨੇ ਕਿਵੇਂ ਮੰਡੀ ਦੇ ਵਿੱਚ ਕੋਈ ਉਹ ਪੂਰਾ ਪੁਖਤਾ ਨੇ ਇਹ ਨਹੀਂ ਹੈਗਾ ਵੀ ਜੇ ਮੰਨ ਲਓ 17 ਤੋਂ ਘੱਟ ਵਾਲੇ ਨੂੰ ਚੱਕ ਕੇ ਲੈ ਜਾਣਗੇ ਜਿਵੇਂ ਮੰਨ ਲਓ ਉਹ ਸਿਸਟਮ ਨਹੀਂ ਹੈਗਾ 17 ਕਿਹਾ ਤਾਂ 17 ਤੋਂ ਉਹਨਾਂ ਨੇ ਉਨਾ ਹੀ ਲੈਣਾ ਜਿਵੇਂ ਲਗਾਤਾਰ ਪਹਿਲਾਂ ਸਰਕਾਰ ਦੇ ਨਾਲ ਰੇੜਕਾ ਵੀ ਬਣਿਆ ਰਿਹਾ ਕਾਫੀ ਤਰ੍ਹਾਂ ਦਾ ਕਿਸਾਨ ਭਰਾਵਾਂ ਦਾ ਵੀ ਜ਼ਿੰਮੀਦਾਰ ਭਰਾ ਵਿਚਾਰੇ ਮੰਡੀਆਂ ਦੇ ਵਿੱਚ ਬੈਠੇ ਰਹੇ ਲੰਬਾ ਸਮਾਂ ਧਰਨੇ ਵਗੈਰਾ ਵੀ ਲੱਗੇ ਉਹ ਉਸ ਤਰ੍ਹਾਂ ਦਾ ਤਾਂ ਕੋਈ ਮਾਹੌਲ ਨਹੀਂ ਹੁਣ ਨਹੀਂ ਇੱਥੇ ਇਹੋ ਜਿਹਾ ਕੋਈ ਮਾਹੌਲ ਨਹੀਂ ਹੈਗਾ ਇੱਥੇ ਸਭ ਸੈੱਟ ਆ ਕੀ ਅਪੀਲ ਕਰੋਗੇ ਕਿਸਾਨ ਭਰਾਵਾਂ ਨੂੰ ਜਿਹੜੇ ਜ਼ਿੰਮੀਦਾਰ ਵੀਰ ਹਜੇ ਜਿਨ੍ਹਾਂ ਨੇ ਫਸਲ ਨਹੀਂ ਵੱਢੀ ਜਾਂ ਵੱਢਣੀ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਉਹਨਾਂ ਨੂੰ ਇਹੀ ਆ ਵੀ ਬਸ ਟਾਈਮ ਤੇ ਵੱਢ ਲਓ ਕਿਉਂਕਿ ਇੱਥੇ ਮੋਇਸਚਰ ਦਾ ਥੋੜ੍ਹਾ ਜਿਹਾ ਦਿੱਕਤ ਆ ਰਹੀ ਹੈ ਟਾਈਮ ਨਾਲ ਫਰੀ ਹੋ ਜਾਓਗੇ ਅਗਲੀ ਫਸਲ ਨੂੰ ਵੀ ਸਹੀ ਟਾਈਮ ਦੇ ਪਾਓਗੇ ਦੇਖਦੇ ਹਾਂ ਹੁਣ ਪੱਖਾ ਤੇ ਲਾ ਰਹੇ ਨੇ ਤੁਹਾਡੇ ਸਾਹਮਣੇ ਤੇ ਬਾਅਦ ਚ ਫਿਰ ਦੇਖਦੇ ਕਿਹੜੇ ਹਿਸਾਬ ਨਾਲ ਭਰਦੇ ਨੇ ਪ੍ਰਬੰਧ ਕਿਵੇਂ ਨੇ ਸਰਕਾਰ ਦੇ ਪ੍ਰਬੰਧ ਤਾਂ ਠੀਕ ਹੈ ਜੀ ਸਾਡੇ ਤਾਂ ਆੜ ਜੀ ਵੈਸੇ ਵਧੀਆ ਜੀ ਵੇਖੀ ਜੀ ਸਾਡਾ ਜੋ ਕਹਿੰਦੇ ਉਹ ਕਰ ਦਿੰਦੇ ਜੀ ਨੂੰ ਲੈ ਕੇ ਬੜੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਵੀ ਕੱਟ ਜ਼ਿਆਦਾ ਲੱਗ ਰਿਹਾ ਉਹ ਚੀਜ਼ ਦਾ ਕਿਵੇਂ ਕੋਈ ਸੋਲੂਸ਼ਨ ਮੈਂ ਤੁਹਾਡੇ ਚੈਨਲ ਦੇ ਥਰੂ ਚੈਲੰਜ ਕਰਦਾ ਮੈਂ ਮੇਰਾ ਖਿਆਲ 50% ਲੋਕਾਂ ਦੇ ਹਿਸਾਬ ਕਰਕੇ ਨਾ ਕਿਸੇ ਨੂੰ ਕੱਟ ਲਿਆ ਜੀ ਨਾ ਕਿਸੇ ਨੇ ਦਿੱਤਾ ਇਹ ਤਾਂ ਕਹਿਣ ਦੀਆਂ ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਏ ਨੂੰ ਲਗਭਗ 1 ਮਹੀਨੇ ਦਾ ਸਮਾਂ ਹੋ ਚੁੱਕਿਆ ਪਰ ਹਜੇ ਵੀ ਕਿਸਾਨ ਜਿਹੜੇ ਨੇ ਆਪਣੀਆਂ ਫਸਲਾਂ ਨੂੰ ਲੈ ਕੇ ਮੰਡੀਆਂ ਦੇ ਵਿੱਚ ਬੈਠੇ ਨੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਤਿਉਹਾਰਾਂ ਦਾ ਸੀਜ਼ਨ ਲੰਘਿਆ ਕਈ ਕਿਸਾਨਾਂ ਨੇ ਤਾਂ ਤਿਉਹਾਰ ਵੀ ਜਿਹੜੇ ਨੇ ਮੰਡੀਆਂ ਦੇ ਵਿੱਚ ਹੀ ਮਨਾਏ ਨੇ ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਬੋਰੀਆਂ ਦੇ ਅੰਬਾਰ ਜਿਹੜੇ ਨੇ ਮੰਡੀਆਂ ਦੇ ਵਿੱਚ ਲੱਗੇ ਹੋਏ ਨੇ ਅਸੀਂ ਮਾਛੀਵਾੜਾ ਸਾਹਿਬ ਦੀ ਦਾਣਾ ਮੰਡੀ ਦੇ ਵਿੱਚ ਮੌਜੂਦ ਹਾਂ ਗੱਲਬਾਤ ਕਰਾਂਗੇ ਕਿਸਾਨ ਭਰਾਵਾਂ ਦੇ ਨਾਲ ਕਿਸਾਨਾਂ ਤੋਂ ਜਾਣ ਲੈਂਦੇ ਹਾਂ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਸੀਗੇ ਜਾਂ ਕਦੋਂ ਫਸਲ ਲੈ ਕੇ ਪਹੁੰਚੇ ਨੇ ਕਿਸਾਨ ਗੱਲਬਾਤ ਕਰ ਲੈਂਦੇ ਬਾਈ ਹੋਣੀ ਸਾਡੇ ਨਾਲ ਮੌਜੂਦ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤੇਜਿੰਦਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਬਾਈ ਜੀ ਮੇਰੇ ਇੱਥੇ ਘੁਮਾਣਾ ਵੀਰੇ ਹਾਂ ਮੈਂ ਇੱਥੇ ਜਦੋਂ ਰਾਹੋਂ ਰੋਡ ਜਾਂਦੇ ਹਾਂ ਉਦੋਂ ਘੁਮਾਣਾ ਪਿੰਡ ਆਉਂਦਾ ਬਾਈ ਜੀ ਕਦੋਂ ਪਹੁੰਚੇ ਸੀਗੇ ਫਸਲ ਲੈ ਕੇ ਮੰਡੀ ਦੇ ਵਿੱਚ ਮਾਛੀਵਾੜਾ ਸਾਹਿਬ ਮੇਰੇ 4-5 ਦਿਨ ਹੋ ਗਏ ਆ ਤੇ ਹਜੇ ਤਾਂ ਇੰਤਜ਼ਾਮ ਤਾਂ ਸਾਰਾ ਵਧੀਆ ਆ ਰੋਟੀ ਪਾਣੀ ਦਾ ਜਾਂ ਫਿਰ ਜੋ ਰਹਿਣ ਸਹਿਣ ਦਾ ਜੋ ਸਾਰਾ ਕੁਝ ਵਧੀਆ ਇੱਥੇ ਪਰ ਇਹ ਆ ਵੀ ਥੋੜਾ ਜਿਹਾ ਫਸਲਾਂ ਲੇਟ ਲੱਗਣ ਕਰਕੇ ਜਿੱਦਾਂ ਮੰਨ ਲਓ ਆਪਣਾ ਜੂਨ ਦੇ ਵਿੱਚ ਲੱਗਿਆ ਸੀਗਾ ਜੀ ਉਹਦੇ ਕਰਕੇ ਥੋੜਾ ਜਿਹਾ ਲੇਟ ਵਢਾਈ ਹੋਈ ਆ ਤਾਂ ਕਰਕੇ ਥੋੜਾ ਜਿਹਾ ਮੋਇਸਚਰ ਦੀ ਦਿੱਕਤ ਆ ਰਹੀ ਆ ਉਹ ਕੀ ਕਾਰਨ ਰਿਹਾ ਬਈ ਲੇਟ ਫਸਲ ਬੀਜੀ ਸੀਗੀ ਉਸ ਦੀ ਵਜ੍ਹਾ ਕਰਕੇ ਜਾਂ ਕੋਈ ਹੋਰ ਕਾਰਨ ਹੈ ਕਿਵੇਂ ਕੁਝ ਲੇਟ ਫਸਲ ਬੀਜੀ ਸੀਗੀ ਕੁਝ ਆਇਆ ਧੁੰਦਾ ਜ਼ਿਆਦਾ ਪੈਣ ਲੱਗ ਪਈਆਂ ਉਹਦੇ ਕਰਕੇ ਇਸ ਚੀਜ਼ ਦੀ ਦਿੱਕਤ ਆ ਗਈ ਕਿੰਨਾ ਕੁ ਮੋਇਸਚਰਾਈਜ਼ਰ ਜਿਹੜਾ ਕਿੰਨਾ ਕੁ ਆਇਆ ਮੋਇਸਚਰ 14 ਮੋਇਸਚਰ ਜਿਹੜਾ ਸਹੀ ਮੰਨੇ ਆ ਉਹ 17 ਮੰਨਦੇ ਆ ਇਹ ਤੇ ਆਪਣੇ ਵਾਲਾ 23 ਨਿਕਲਿਆ ਉਹਦੇ ਕਰਕੇ ਥੋੜਾ ਜਿਹਾ ਇਹ ਧੁੱਪਾਂ ਲੱਗ ਰਹੀਆਂ ਨੇ ਧੁੱਪਾਂ ਲੱਗਣ ਤੋਂ ਬਾਅਦ ਸੈੱਟ ਹੋ ਜੂਗਾ ਫਿਰ ਮੰਡੀ ਲਈ ਜਿੱਦਾਂ ਵਿਕਦੀਆਂ ਨੇ ਬੋਰੀਆਂ 'ਚ ਪਾ ਕੇ ਉਵੇਂ ਵਿਕ ਜਾਣਗੀਆਂ ਉਸ ਤਰ੍ਹਾਂ ਪ੍ਰਬੰਧ ਕਿਵੇਂ ਨੇ ਸਰਕਾਰ ਦੇ ਪ੍ਰਬੰਧ ਪੁਖਤਾ ਕੀਤੇ ਹੋਏ ਨੇ ਕਿਵੇਂ ਮੰਡੀ ਦੇ ਵਿੱਚ ਉਹ ਪੂਰਾ ਪੁਖਤਾ ਨੇ ਇਹ ਨਹੀਂ ਹੈਗਾ ਵੀ ਜੇ ਮੰਨ ਲਓ 17 ਤੋਂ ਘੱਟ ਵਾਲੇ ਨੂੰ ਚੱਕ ਕੇ ਲੈ ਜਾਣਗੇ ਜਿਵੇਂ ਮੰਨ ਲਓ ਉਹ ਸਿਸਟਮ ਨਹੀਂ ਹੈਗਾ 17 ਕਿਹਾ ਤਾਂ 17 ਤੋਂ ਉਹਨਾਂ ਨੇ ਉਨਾ ਹੀ ਲੈਣਾ ਜਿਹਦਾ 17 ਮੋਇਸਚਰਾਈਜ਼ਰ ਹੋਊਗਾ ਉਹੀ ਵਿਕੂਗੀ ਫਸਲ ਮਤਲਬ ਕਹਿਣਾ ਜੇ ਘੱਟ ਹੋਊਗਾ ਤਾਂ ਚਾ ਵਿਕ ਜੂਗੀ ਵੱਧ ਵਾਲੇ ਨੂੰ ਨਹੀਂ ਵਿਕਣ ਦੇਣਗੇ ਵੱਧ ਵਾਲੇ ਨੂੰ ਨਹੀਂ ਵਿਕਣ ਹਾਂ ਉਹ ਅਸੀਂ ਬੈਠੇ ਆ ਤੇ 4-5 ਦਿਨ ਹੋ ਗਏ ਤੁਸੀਂ ਦੇਖ ਸਕਦੇ ਹੋ ਸਾਰੀ ਫਸਲ ਤੇ ਉਹ ਹਜੇ ਵਿਕਦੀ ਨਹੀਂ ਪਈ ਹੈਗੀ ਹਜੇ ਨਹੀਂ ਵਿਕਦੀ ਹਾਂ ਉਹਨਾਂ ਨੇ ਜਿੱਦਾਂ ਲਿਖਿਆ ਆ ਵੀ 17% ਵਾਲੇ ਨੂੰ ਵੀ ਵਿਕਣ ਦੇਣਾ ਉਦਾਂ ਹੀ ਆ ਹਾਂ ਉਸ ਤਰ੍ਹਾਂ ਹੀ ਚੱਲ ਰਿਹਾ ਹਾਂਜੀ ਤੇ ਕਿਵੇਂ ਫਸੇ ਲੇਟ ਕਿਉਂ ਬੀਜੀ ਸੀਗੀ ਕੋਈ ਬੀਜ ਦਾ ਫਰਕ ਹੁੰਦਾ ਕਿਵੇਂ ਇਹ ਵੀਰੇ 126 ਵੀ ਹੁੰਦਾ PR 126 ਜਿਵੇਂ ਭਗਵੰਤ ਮਾਨ ਸਰਕਾਰ ਨੇ ਕਿਹਾ ਵੀ ਜਿਹੜੇ ਵਧੀਆ ਬੀਜ ਲਾਓ 126 ਜਿਹਦੇ ਨਾਲ ਕੀ ਝੋਨੇ ਦੇ ਵਿੱਚ ਪਾਣੀ ਦੀ ਦਿੱਕਤ ਘੱਟ ਆਉਂਦੀ ਆ ਜਿਵੇਂ ਪਾਣੀ ਘੱਟ ਲੱਗਦਾ ਆ ਉਹ ਵੀ ਲਾਏ ਸੀਗੇ ਉਹਦੇ ਕਰਕੇ ਥੋੜਾ ਜਿਹਾ ਇਹ ਹੋ ਜਾਂਦਾ ਵੀ ਉਹ ਲੇਟ ਲੱਗ ਜਾਂਦਾ ਆ ਉਹਦੇ ਕਰਕੇ ਦਿੱਕਤ ਆ ਜਾਂਦੀ ਆ ਥੋੜਾ ਜਿਹਾ ਇਹ ਚੀਜ਼ਾਂ ਹੋਰ ਕੋਈ ਦਿੱਕਤ ਨਹੀਂ ਹੈਗੀ ਹੋਰ ਕੋਈ ਦਿੱਕਤ ਨਹੀਂ ਹਾਂ ਉਹ ਵੀ 4-5 ਦਿਨ ਹੈਗੇ ਆ ਵੀ ਬਸ 1-2 ਦਿਨ ਹੋਰ ਲੱਗੂਗੀ ਧੁੱਪ ਫਿਰ ਸੈੱਟ ਹੋ ਜੂਗਾ ਫਿਰ ਵੇਚ ਸਕਦੇ ਹਾਂ ਜਿਵੇਂ ਲਗਾਤਾਰ ਪਹਿਲਾਂ ਸਰਕਾਰ ਦੇ ਨਾਲ ਰੇੜਕਾ ਵੀ ਬਣਿਆ ਰਿਹਾ ਕਾਫੀ ਤਰ੍ਹਾਂ ਦਾ ਕਿਸਾਨ ਭਰਾਵਾਂ ਦਾ ਵੀ ਜ਼ਿੰਮੀਦਾਰ ਭਰਾ ਵਿਚਾਰੇ ਮੰਡੀਆਂ ਦੇ ਵਿੱਚ ਬੈਠੇ ਰਹੇ ਲੰਬਾ ਸਮਾਂ ਧਰਨੇ ਵਗੈਰਾ ਵੀ ਲੱਗੇ ਉਹ ਉਸ ਤਰ੍ਹਾਂ ਦਾ ਤਾਂ ਕੋਈ ਮਾਹੌਲ ਨਹੀਂ ਹੁਣ ਨਹੀਂ ਇੱਥੇ ਇਹੋ ਜਿਹਾ ਕੋਈ ਮਾਹੌਲ ਨਹੀਂ ਹੈਗਾ ਇੱਥੇ ਸਭ ਸੈੱਟ ਆ ਹੁਣ ਤੇ ਹਾਂਜੀ ਇੱਥੇ ਕੋਈ ਇਹੋ ਜਿਹਾ ਦਿੱਕਤ ਨਹੀਂ ਆਈ ਹੈਗੀ ਆਪਾਂ ਨੂੰ ਦੇ ਦੇ ਹੋਗੇ 3-4 ਦਿਨ ਤਾਂ ਹੋ ਹੀ ਗਏ ਸਾਨੂੰ ਦੇ ਦੇਣ ਇੱਦਾਂ ਦਾ ਕੋਈ ਇਸ ਦਿੱਕਤ ਨਹੀਂ ਆਈ ਹੈਗੀ
ਬਾਕੀ ਵਿਕਰੀ ਆ ਬਾਕੀਆਂ ਦੀ ਫਸਲ ਜਿਨ੍ਹਾਂ ਦਾ ਮੋਇਸਚਰਾਈਜ਼ਰ ਵਗੈਰਾ ਸਹੀ ਆ ਰਿਹਾ ਜੀ ਬੜੇ ਆਰਾਮ ਨਾਲ ਜੀ ਬੜੇ ਆਰਾਮ ਨਾਲ ਜਿਹਦੇ ਮੰਨ ਲਓ ਮੋਇਸਚਰ ਘੱਟ ਆ ਰਿਹਾ ਬੜੇ ਆਰਾਮ ਨਾਲ ਵੇਚ ਕੇ ਜਾ ਰਹੇ ਆ ਸਾਡੇ ਤੋਂ ਕਈ ਪਹਿਲਾਂ ਆ ਗਏ ਉਹ ਜਲਦੀ ਵਿਹਲੇ ਹੋ ਗਏ ਸਾਡਾ ਮੋਇਸਚਰ ਨਹੀਂ ਥੋੜਾ ਜਿਹਾ ਆਇਆ ਤਾਂ ਕਰਕੇ ਬੈਠੇ ਆ ਹਾਂਜੀ ਜਿਵੇਂ ਅੱਗੇ ਮੌਸਮ ਦੇ ਵੀ ਥੋੜਾ ਜਿਹਾ ਲੱਗ ਰਿਹਾ ਵੀ ਖਰਾਬ ਹੋ ਸਕਦਾ ਉਹਦੇ ਨਾਲ ਵੀ ਨੁਕਸਾਨ ਹੋ ਸਕਦਾ ਕਿਵੇਂ ਬਿਲਕੁਲ ਜੀ ਬਿਲਕੁਲ ਹੁਣ ਤੁਸੀਂ ਆਪ ਦੇਖ ਸਕਦੇ ਹੋ ਇਸ ਟਾਈਮ ਸੂਰਜ ਜੇ ਚੜਿਆ ਹੁੰਦਾ ਤਾਂ ਸਾਡਾ ਜਿਹੜਾ ਮੋਇਸਚਰ ਆ ਜਲਦੀ ਲੋਟ ਆ ਜਾਂਦਾ ਸਾਨੂੰ ਤਿੰਨ ਚਾਰ ਦਿਨ ਹੋਰ ਫਸਲ 'ਚ ਨਾ ਬੈਠਣਾ ਪੈਣਾ ਹਾਂ ਮਤਲਬ ਹੁਣ ਕਿੰਨੇ ਕੁ ਦਿਨ ਹੋਰ ਲੱਗਦਾ ਤੁਹਾਨੂੰ ਉਮੀਦ ਕਿ ਇਸ ਤਰ੍ਹਾਂ ਹੀ ਮੰਡੀ ਦੇ ਵਿੱਚ ਅਜੇ ਬਹਿਣਾ ਪੈਣਾ ਕਿਵੇਂ ਬਸ ਇੱਕ ਅੱਧਾ ਦਿਨ ਲੱਗੂਗਾ ਹੋਰ ਹਾਂ ਉਸ ਤੋਂ ਬਾਅਦ ਫਿਰ ਸਹੀ ਹੋ ਜਾਊਗਾ ਉਸ ਤੋਂ ਬਾਅਦ ਸੈੱਟ ਹੋ ਜਾਊਗਾ ਕਿਉਂਕਿ ਨੇੜੇ ਹੀ ਆ ਥੋੜਾ ਜਿਹਾ ਘੱਟ ਆ ਤੇ ਵੱਧ ਤੋਂ ਵੱਧ ਇੱਕ ਜਾਂ ਦੋ ਦਿਨ ਬਸ ਉਹਦੇ ਵਿੱਚ ਸੈੱਟ ਹੋ ਜਾਊਗਾ ਫਿਰ ਪਾ ਦੇਣਗੇ ਬੋਰੀਆਂ ਦੇ ਵਿੱਚ ਇੱਦਾਂ ਵੀ ਹੈਗਾ ਵੀ ਹਜੇ ਕਈ ਕਿਸਾਨ ਭਰਾਵਾਂ ਨੇ ਨਹੀਂ ਵੱਡੀ ਫਸਲ ਕਿ ਆਲਮੋਸਟ ਕੰਪਲੀਟ ਹੋ ਚੁੱਕਿਆ ਸਾਰਾ ਕਿਵੇਂ ਨਹੀਂ ਹੈਗੇ ਆ ਕਈ ਜ਼ਿਮੀਦਾਰ ਜਿਨ੍ਹਾਂ ਨੇ ਨਹੀਂ ਵੱਡੀ ਹੈਗੀ ਉਹਨਾਂ ਨੂੰ ਇਹ ਆ ਵੀ ਥੋੜ੍ਹਾ ਜਿਹਾ ਮੰਨ ਲਓ ਉਹਨਾਂ ਨੇ ਬੀਜ ਲੇਟ ਲਾਏ ਹੋਏ ਆ 26 ਵਾਲੇ ਉਹ ਸਾਡੇ ਤੋਂ ਵੀ ਕਈ ਲੇਟ ਲੱਗੇ ਹੋਏ ਆ ਕਈਆਂ ਕੋਲ ਜਿੱਦਾਂ ਮੰਨ ਲਓ ਆਲੂ ਬੀਜੇ ਹੋਏ ਨੇ ਉਹਨਾਂ ਕੋਲ ਟਾਈਮ ਨਹੀਂ ਹੈਗਾ ਉਹ ਤਾਂ ਰੱਖਿਆ ਹੋਇਆ ਕਈਆਂ ਨੇ ਇਹ ਚੀਜ਼ ਵੀ ਹੈਗੀ ਆ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਵੀ ਨੁਕਸਾਨ ਦਾ ਇਸ ਦਾ ਸਾਹਮਣਾ ਕਰਨਾ ਪੈ ਸਕਦਾ ਜਾਂ ਕਿਵੇਂ ਨੇ ਉਹ ਤਾਂ ਹੈ ਹੀ ਆ ਜੀ ਹੁਣ ਜਿਹਦੇ ਮੰਨ ਲਓ ਅੱਗੇ ਮੀਂਹ ਮੂੰਹ ਪੈਣ ਲੱਗ ਪੈਣੇ ਆ ਮੀਂਹਾਂ ਦੇ ਵਿੱਚ ਜਿਹੜੀ ਫਸਲ ਆ ਉਹ ਹੋਰ ਥੱਲੇ ਡਿੱਗ ਜਾਣੀ ਆ ਹਾਂ ਉਹ ਤਾਂ ਐਂ ਆ ਵੀ ਜਿਹੜੇ ਜ਼ਿਮੀਦਾਰ ਕੋਲ ਜਿੱਦਾਂ ਜੋ 500 ਕਿੱਲੇ ਦੀ ਖੇਤੀ ਕਰਦਾ ਜਿਹੜਾ ਵੱਡਾ ਕਿਸਾਨ ਆ ਜਿਹੜਾ ਉਹਦੇ ਕੋਲ ਨਹੀਂ ਪ੍ਰੋਪਰ ਸੈਟਿੰਗ ਆਉਂਦੀ ਹੈਗੀ ਉਹਦੇ ਕਰਕੇ ਥੋੜ੍ਹਾ ਲੇਟ ਹੋ ਜਾਂਦਾ ਇਹ ਵੀ ਚੀਜ਼ਾਂ ਹੈਗੀਆਂ ਕੀ ਅਪੀਲ ਕਰੋਗੇ ਕਿਸਾਨ ਭਰਾਵਾਂ ਨੂੰ ਜਿਹੜੇ ਜ਼ਿਮੀਦਾਰ ਵੀਰ ਹਜੇ ਜਿਨ੍ਹਾਂ ਨੇ ਫਸਲ ਨਹੀਂ ਵੱਢੀ ਜਾਂ ਵੱਢਣੀ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਉਹਨਾਂ ਨੂੰ ਇਹੀ ਆ ਵੀ ਬਸ ਟਾਈਮ 'ਤੇ ਵੱਢ ਲਓ ਕਿਉਂਕਿ ਇੱਥੇ ਮੋਇਸਚਰ ਦਾ ਥੋੜ੍ਹਾ ਜਿਹਾ ਦਿੱਕਤ ਆ ਰਹੀ ਹੈ ਟਾਈਮ ਨਾਲ ਫ੍ਰੀ ਹੋ ਜਾਓਗੇ ਅਗਲੀ ਫਸਲ ਨੂੰ ਵੀ ਸਹੀ ਟਾਈਮ ਦੇ ਪਾਓਗੇ ਇਹੀ ਚੀਜ਼ ਆ ਬਸ ਹੋਰ ਕੁਛ ਨਹੀਂ ਹੈਗਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਂ ਸ਼ਿਵਾਸ ਸਿੰਘ ਮਾਸਟਰ ਜੀ ਕਿਹੜਾ ਪਿੰਡ ਹੈ ਜੀ ਪਿੰਡ ਕੜਿਆਣਾ ਕਲਾਂ ਜੀ ਫਸਲ ਲੈ ਕੇ ਪਹੁੰਚੇ ਹੋ ਕਦੋਂ ਆਏ ਸੀਗੇ ਮੰਡੀ ਦੇ ਵਿੱਚ ਸਾਨੂੰ ਅਜੇ ਅੱਧਾ ਘੰਟਾ ਹੋਇਆ ਜੀ ਆਏ ਨੂੰ ਜੀ ਹੁਣੇ ਆਏ ਹਾਂਜੀ ਹਾਂਜੀ ਹੁਣੇ ਆਏ ਜੀ ਕਿੰਨੀ ਕੁ ਫਸਲ ਹੈਗੀ ਹੈ ਜਿਹੜੀ ਲੈ ਕੇ ਪਹੁੰਚੇ ਹੋਏ ਹੋ ਅੱਜ ਇਹ ਸਾਡੇ ਤਕਰੀਬਨ 1.5 ਕਿੱਲੇ ਦੀ ਹੈਗੀ ਹੈ ਜੀ ਹਾਂਜੀ ਅਤੇ ਕਿਵੇਂ ਆ ਕੇ ਇੱਥੇ ਪ੍ਰਬੰਧ ਕਿਵੇਂ ਨੇ ਸਰਕਾਰ ਦੇ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਜੇ ਹੁਣੇ ਖੜ੍ਹੇ ਆਣ ਕੇ ਅਤੇ ਨਾਲੋ ਨਾਲ ਹੀ ਉਹਨਾਂ ਨੇ ਪੱਖਾ ਲਾਤਾ ਜੀ ਹਾਂਜੀ ਅਤੇ ਹੁਣ ਕਹਿੰਦੇ ਨੇ ਵੀ ਆਪਣੇ 2-3 ਘੰਟੇ ਤੱਕ ਪਰ ਭਰਵਾਈ ਵੀ ਕਰਾ ਦਿੰਦੇ ਹਾਂ ਅੱਛਾ ਨਾਲ ਦੀ ਨਾਲ ਵੀ ਲਿਫਟਿੰਗ ਵੀ ਹੋ ਜੂਗੀ ਹਾਂਜੀ ਹਾਂਜੀ ਭਰਵਾਈ ਵੀ ਕਰਾ ਦਾਂਗੇ ਭਰਵਾਈ ਕਰਵਾ ਦਾਂਗੇ ਹਾਂਜੀ ਅਤੇ ਕਿਵੇਂ ਮੋਇਸਚਰਾਈਜ਼ਰ ਵਗੈਰਾ ਕਿਵੇਂ ਕਿੰਨਾ ਕੁ ਸਹੀ ਆਇਆ ਕਿਵੇਂ ਜਿਵੇਂ ਸਰਕਾਰ ਕਹਿੰਦੀ ਹੈ 17 ਮੋਇਸਚਰਾਈਜ਼ਰ ਚਾਹੀਦਾ ਕਿੱਦਾਂ ਨਹੀਂ ਮੋਇਸਚਰ ਸਾਡਾ ਤਾਂ ਇਹਨਾਂ ਨੇ ਦੇਖਿਆ ਹੀ ਨਹੀਂ ਜੀ ਇਹਨਾਂ ਨੇ ਹਜੇ ਦੇਖਿਆ ਹੀ ਨਹੀਂ ਸਾਡਾ ਤਾਂ ਗੱਲ ਇਹ ਦੇਖਿਆ ਹੀ ਨਹੀਂ ਇਹਨਾਂ ਨੇ ਜੇ ਦੇਖਣਗੇ ਫਿਰ ਹੋਰ ਹਿਸਾਬ ਨਾਲ ਕਰ ਲਾਂਗੇ ਆਪਾਂ ਉਹ ਕਿਵੇਂ ਜਿਵੇਂ ਕਿਹੜੀ ਫਸਲ ਕਿਹੜਾ ਬੀਜ ਜਿਹੜਾ ਬੀਜਿਆ ਸੀਗਾ ਇਹ ਅਸੀਂ 11-21 ਲਿਆ ਕੇ ਆਏ ਜੀ ਬਾਸਮਤੀ ਪਰਮਲ ਸਾਡੀ ਅਤੇ 26 ਝੋਨਾ ਲਿਆ ਕੇ ਆਏ ਹਾਂ ਜੀ ਅੱਛਾ ਜੀ ਹਾਂਜੀ ਦੋ ਵਰਾਇਟੀਆਂ ਸਾਡੀਆਂ ਦੋ ਵਰਾਇਟੀਆਂ ਹਾਂਜੀ ਹਾਂਜੀ ਅਤੇ ਉਸ ਹਿਸਾਬ ਨਾਲ ਹੁਣ ਦੇਖਦੇ ਹਾਂ ਹੁਣ ਪੱਖਾ ਤਾਂ ਲਾ ਰਹੇ ਨੇ ਤੁਹਾਡੇ ਸਾਹਮਣੇ ਅਤੇ ਬਾਅਦ 'ਚ ਫਿਰ ਦੇਖਦੇ ਹਾਂ ਕਿਹੜੇ ਹਿਸਾਬ ਨਾਲ ਭਰਦੇ ਨੇ ਜੀ ਝਾੜ ਕਿਵੇਂ ਕਿੰਨਾ ਕੁ ਝਾੜ ਨਿਕਲਿਆ ਇਸ ਵਾਰ ਝਾੜ ਤਕਰੀਬਨ 28 ਦੇ ਕੁਇੰਟਲ ਦੇ ਹਿਸਾਬ ਨਾਲ ਉਸ ਤਰ੍ਹਾਂ ਨਿਕਲਿਆ ਜੀ ਹਾਂਜੀ ਹਾਂਜੀ ਅਤੇ ਜਿਹੜਾ ਇਹ ਬਾਸਮਤੀ ਹੈ ਇਹ ਥੋੜ੍ਹਾ ਕੁ ਲਾ ਲਓ 15-16 ਕੁਇੰਟਲ ਦੇ ਹਿਸਾਬ ਨਾਲ ਨਿਕਲਿਆ ਜੀ ਹਾਂਜੀ ਪਹਿਲਾਂ ਨਾਲੋਂ ਕਿਵੇਂ ਇਸ ਵਾਰ ਸਹੀ ਰਿਹਾ ਜਾਂ ਕਿਸ ਤਰ੍ਹਾਂ ਨਹੀਂ ਪਹਿਲੇ ਵਰਗਾ ਹੀ ਆ ਸਿਸਟਮ ਉੱਦਾਂ ਦਾ ਹੀ ਜੀ ਜੋ ਪਹਿਲੇ ਵਰਗਾ ਹੀ ਉੱਦਾਂ ਹੀ ਸਿਸਟਮ ਹੈ ਜੀ ਹਾਂਜੀ ਥੋੜ੍ਹਾ ਵਾਲਾ ਚਲੋ ਦਿੱਕਤ ਆ ਜਾਂਦੀ ਹੈ ਚਲੋ ਪ੍ਰੋਬਲਮ ਆ ਜਾਂਦੀਆਂ ਗੌਰਮੈਂਟ ਦੇ ਕੰਮ ਦੇ ਕਾਰ ਦੇ ਵਿੱਚ ਉਦੋਂ ਦਿੱਕਤਾਂ ਤਾਂ ਆ ਜਾਂਦੀਆਂ ਨੇ ਬਾਕੀ ਸਿਸਟਮ ਸਾਰਾ ਉੱਦਾਂ ਦਾ ਹੀ ਹੈ ਜੀ ਹਾਂਜੀ ਹਾਂ ਬਾਈ ਜੀ ਤੁਸੀਂ ਵੀ ਫਸਲ ਲੈ ਕੇ ਪਹੁੰਚੇ ਹੋਏ ਹੋ ਹਾਂਜੀ ਹਾਂਜੀ ਕਦੋਂ ਆਏ ਸੀਗੇ ਮੰਡੀ ਮੈਂ ਹੁਣੇ ਆਇਆ ਜੀ ਅਸੀਂ ਇਕੱਠੇ ਹੀ ਆ ਜੀ ਵੈਸੇ ਤਾਂ ਹਾਂਜੀ ਹਾਂਜੀ ਤੇ ਕਿਵੇਂ ਪ੍ਰਬੰਧ ਕਿਵੇਂ ਨੇ ਸਰਕਾਰ ਦੇ ਪ੍ਰਬੰਧ ਤਾਂ ਠੀਕ ਹੈ ਜੀ ਸਾਡੇ ਤਾਂ ਆੜਤੀ ਵੈਸੇ ਵਧੀਆ ਜੀ ਵੇਖੀ ਜੀ ਸਾਡਾ ਜੋ ਕਹਿੰਦੇ ਉਹ ਕਰ ਦਿੰਦੇ ਆ ਜੀ ਹਾਂਜੀ ਹਾਂਜੀ ਆ ਕੀ ਬਾਸਮਤੀ ਲੈ ਕੇ ਆਏ ਸੀ ਜਾਂ ਝੋਨਾ ਬਾਸਮਤੀ ਹੈ ਜੀ ਸਾਡੇ ਕੋਲ ਜੀ ਇੱਕ 17-18 ਅਤੇ ਇੱਕ 11-21 ਜੀ ਹਾਂਜੀ ਹਾਂਜੀ ਤੇ ਪੱਖਾ ਪੁੱਖਾ ਲੱਗ ਗਿਆ ਆਉਂਦੇ ਹਾਂ ਲੱਗਾ ਹੋਇਆ ਜੀ ਪੱਖਾ ਜੀ ਹਾਂਜੀ ਹਾਂਜੀ ਫਸਲ ਕਿਵੇਂ ਐਤਕੀ ਕਿੱਦਾਂ ਕਿਸ ਤਰ੍ਹਾਂ ਫਸਲ ਠੀਕ ਆ ਜੀ ਸਾਡੇ ਤਾਂ ਦੋ ਮੰਡੀਆਂ ਸਾਡੀ ਇਹਨਾਂ ਦੀ ਮਤਲਬ ਕਿ ਇੱਕ ਕੂਮ ਆ ਜੀ ਇੱਕ ਮੱਛੀਵਾੜੀ ਆ ਜੀ ਆੜਤ ਜੀ ਅਸੀਂ ਵੈਸੇ ਪਹਿਲੀ ਜਿਹੜੀ ਫਸਲ ਉਹ ਤਾਂ ਅਸੀਂ ਕੂਮ ਵੇਚੀ ਹੋਈ ਆ ਤਾਂ ਦੂਸਰੀ ਇੱਥੇ ਮਤਲਬ ਕਿ ਲਿਆਏ ਹਾਂ ਬਾਸਮਤੀ ਬਾਸਮਤੀ ਤਾਂ ਸਾਨੂੰ ਹੁਣ ਉੱਤਰ ਨਹੀਂ ਦਿੱਤਾ ਅਤੇ ਕਰਨ ਲੱਗੇ ਆ ਕੰਮ ਅਤੇ ਜਿਵੇਂ ਸਰਕਾਰ ਦੇ ਨਾਲ ਬੜੇ ਰੇੜਕੇ ਜੇ ਚੱਲ ਰਹੇ ਸੀ ਕਿ ਜ਼ਿਮੀਦਾਰ ਭਰਾਵਾਂ ਦੇ ਕਹਿ ਲਈਏ ਆੜਤੀ ਭਾਈਚਾਰੇ ਦੇ ਉਹ ਕਿਵੇਂ ਹੁਣ ਸਹੀ ਨੇ ਕਿੱਦਾਂ ਦੇਖੋ ਜੀ ਅਜੇ ਤੱਕ ਸ਼ਾਇਦ ਹੁਣ ਖਰੇ ਕੰਮ ਸਮਾਪਤੀ ਹੋ ਗਿਆ ਤਾਂ ਹੋ ਗਿਆ ਹੈ ਤਾਂ ਸੀਗੇ ਰੇੜਕੇ ਬਹੁਤ ਜ਼ਿਆਦਾ ਸੀਗੇ ਬਹੁਤ ਮੁਸੀਬਤਾਂ ਵੈਸੇ ਪਿੰਡ ਅਸੀਂ ਮਤਲਬ ਕਿ ਹਫ਼ਤਾ ਵੀ ਕੱਟਿਆ ਉੱਥੇ ਕੂਮ ਜਿਹੜਾ ਅਸੀਂ ਹਫ਼ਤਾ ਵੀ ਰਹੇ ਹਾਂ ਉੱਥੇ ਤਾਂ ਉੱਥੇ ਵੀ ਬਹੁਤ ਦਿੱਕਤ ਆਈ ਆ ਦਿੱਕਤਾਂ ਤਾਂ ਹੈਗੀਆਂ ਜੀ ਦਿੱਕਤਾਂ ਨਹੀਂ ਅਜੇ ਪੂਰੀਆਂ ਹੋਈਆਂ ਹਾਂਜੀ ਹਾਂਜੀ ਕੀ ਅਪੀਲ ਕਰਨਾ ਚਾਹੋਗੇ ਕਿਸਾਨ ਇਹ ਕਹਿੰਦੇ ਜੀ ਜ਼ਿਮੀਦਾਰ ਤਾਂ ਬਹੁਤ ਵਿਚਾਰਾ ਅੱਗੇ ਹੀ ਰੱਖਿਆ ਹੋਇਆ ਜੀ ਉਹਦੀ ਸਾਰ ਲਈ ਜਾਵੇ ਉਹਦੇ ਟਾਈਮ ਸਿਰ ਮਤਲਬ ਕਿ ਉਹਦੀ ਫਸਲ ਮਤਲਬ ਕਿ ਚੱਕੀ ਜਾਵੇ ਹਾਂਜੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ
ਆ ਮੌਸਮ ਦੀ ਕਰਵਟ ਬਦਲਣ ਨਾਲ ਹੁਣ ਜਿਹੜੇ ਮਾਲ ਆ ਰਹੇ ਨੇ ਜ਼ਰੂਰ ਉਹਨਾਂ ਨੂੰ ਸੁਕਾਉਣ ਵਿੱਚ ਦਿੱਕਤ ਆ ਰਹੀ ਆ। ਬਾਕੀ ਜੋ ਪਿਛਲੀ ਮੇਰੇ ਖਿਆਲ 10 ਲੱਖ ਕੁਇੰਟਲ ਤੋਂ ਉੱਪਰ ਦੀ ਜੋ ਪਰਚੇਜ਼ ਹੋਈ ਆ ਉਹਦੀ ਲਿਫਟਿੰਗ 60-65% ਕਾਫ਼ੀ ਲਵੇ ਲੱਗ ਚੁੱਕੀ ਆ ਔਰ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਕਤ ਥੋੜ੍ਹੀ ਮੋਇਸਚਰ ਦੀ ਆ ਸਕਦੀ ਆ। ਪਰ ਫਿਲਹਾਲ ਜਿੰਨੇ ਪੁਰਾਣੇ ਮਾਲ ਭਰੇ ਸੀ ਜਾਂ ਜਿੰਨੇ ਅੰਬਾਰ ਲੱਗੇ ਤੁਸੀਂ ਮੰਡੀਆਂ 'ਚ ਦੇਖੇ ਨੇ ਉਹ ਮਹਾਰਾਜ ਦਾ ਸ਼ੁਕਰ ਹੈ ਕਿ ਠੀਕ ਠਾਕ ਕੰਮ ਚੱਲ ਰਿਹਾ ਜੀ। ਜਿਵੇਂ ਕਿੰਨੀ ਕੁ ਜੇ ਦੇਖੀਏ ਫਸਲ ਜਿਹੜੀ ਆ ਲਿਫਟਿੰਗ ਜਿਹੜੀ ਆ ਹੋ ਚੁੱਕੀ ਹੈ, ਕਿੰਨਾ ਕੁ ਮਾਲ ਰਹਿ ਗਿਆ ਬਾਕੀ ਆ, ਕਿੰਨਾ ਕੁ ਹੋ ਚੁੱਕਿਆ? ਐਕਚੁਲੀ ਕੀ ਆ, ਇੱਕਦਮ ਰਸ਼ ਪੈਣ ਕਰਕੇ ਨਾ ਜਿਵੇਂ ਹਰ ਬੰਦੇ ਨੂੰ ਫਿਰ ਇਹ ਹੋ ਜਾਂਦਾ ਕਿ ਯਾਰ ਮੈਂ ਵਿਹਲਾ ਹੋ ਜਾਵਾਂ, ਮੈਂ ਵਿਹਲਾ, ਮਾਲਾਂ ਦੇ ਅੰਬਾਰ ਲੱਗਣ ਕਰਕੇ 60-65% ਦੇ ਤਕਰੀਬਨ ਮੇਰੇ ਕੋਲ 70 ਦੇ ਕਰੀਬ ਲਿਫਟਿੰਗ ਹੋ ਚੁੱਕੀ ਆ। ਬਾਕੀ ਲਿਫਟਿੰਗ ਚੱਕ ਰਹੀ ਆ, ਪੰਜਾਬ ਸਰਕਾਰ ਨੇ RO ਵੀ ਕਟਵਾਏ ਨੇ ਜਿਨ੍ਹਾਂ ਦੇ ਕਰਕੇ ਮੰਡੀਆਂ ਦੇ ਵਿੱਚ ਸੁੱਖ ਦਾ ਸਾਹ ਜ਼ਰੂਰ ਆਇਆ। ਜਿਵੇਂ ਕੱਟ ਨੂੰ ਲੈ ਕੇ ਬੜੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਵੀ ਕੱਟ ਜ਼ਿਆਦਾ ਲੱਗ ਰਿਹਾ, ਉਹ ਚੀਜ਼ ਦਾ ਕਿਵੇਂ ਕੋਈ ਸੋਲੂਸ਼ਨ ਨਿਕਲਿਆ? ਮੈਂ ਦੇਖੋ ਜਿੰਨੇ ਮੂੰਹ ਉਨੀਆਂ ਗੱਲਾਂ ਵਾਲੀ ਗੱਲ ਹੋ ਜਾਂਦੀ ਆ। ਮੇਰੀ ਫਰਮ ਦਾ ਨਾਮ ਕੌਰ ਸੈਨ ਕੁੰਦਰ ਐਂਡ ਸੰਸ, 20 ਨੰਬਰ ਦੁਕਾਨ ਆ ਜੀ। ਤਕਰੀਬਨ 40-50 ਹਜ਼ਾਰ ਦੀ ਬੋਰੀ ਮੇਰੇ ਆਉਂਦੀ ਆ ਔਰ ਮੈਂ ਕਹਿੰਦਾ ਵੀ ਮੈਂ ਤੁਹਾਡੇ ਸਾਹਮਣੇ ਇੱਕ ਜਿੰਦੀ ਜਾਗਦੀ ਮਿਸਾਲ ਆ, ਬਾਕੀ ਲੋਕਾਂ ਨੇ ਕਹਿਣ ਵਾਲੇ ਨੇ ਕਹੀ ਜਾਣਾ। ਮੈਂ ਤੁਹਾਡੇ ਚੈਨਲ ਦੇ ਥਰੂ ਚੈਲੰਜ ਕਰਦਾ, ਮੈਂ ਮੇਰਾ ਖਿਆਲ 50% ਲੋਕਾਂ ਦੇ ਹਿਸਾਬ ਕਰਤੇ, ਨਾ ਕਿਸੇ ਨੂੰ ਕੱਟ ਲਿਆ ਜੀ, ਨਾ ਕਿਸੇ ਨੇ ਦਿੱਤਾ, ਇਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ। ਕੀ ਅਪੀਲ ਕਰਨਾ ਚਾਹੋਗੇ ਕਿਸਾਨ ਭਰਾ? ਅਪੀਲ ਮੈਂ ਸਾਰੇ ਕਿਸਾਨਾਂ ਨੂੰ ਇਹੀ ਕਰਨੀ ਚਾਹੂੰਗਾ ਕਿ ਫਸਲਾਂ ਜਦੋਂ ਸੁੱਕੀਆਂ ਹੁੰਦੀਆਂ ਸਾਡੇ ਮਹਾਰਾਜ ਕਿਰਪਾ ਕਰੇ, ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਜੇ ਜ਼ਿਮੀਦਾਰ ਰਾਜੀ ਆ ਤਾਂ ਸਾਰਾ ਜਹਾਨ ਰਾਜੀ ਆ, ਸਾਡਾ ਅੰਨਦਾਤਾ ਵਾ। ਮਹਾਰਾਜ ਇਹਨਾਂ ਨੂੰ ਪੈਰਾਂ 'ਤੇ ਰੱਖੇ, ਤੰਦਰੁਸਤੀ ਦੇਵੇ। ਆਉਣ ਵਾਲੇ ਸਮੇਂ 'ਚ ਜੋ ਆਹ ਸਾਲ ਅਸੀਂ ਫਸਲਾਂ ਦੀ ਰੋਲ ਰਲਈਆ ਦੇਖਿਆ, ਫਸਲਾਂ ਦੀ ਅਸੀਂ ਖੋਈ ਖਰਾਬੀ ਦੇਖੀ, ਅਸੀਂ ਆਸ ਕਾਮਨਾ ਕਰਦੇ ਹਾਂ ਕਿ ਨਾ ਆਵੇ। ਧੰਨਵਾਦ। ਤਾਂ ਬਿਲਕੁਲ ਜੀ, ਅਸੀਂ ਗੱਲਬਾਤ ਕੀਤੀ ਹੈ ਮਾਛੀਵਾੜਾ ਸਾਹਿਬ ਦੀ, ਦਾਣਾ ਮੰਡੀ ਦੇ ਵਿੱਚ ਅਸੀਂ ਮੌਜੂਦ ਸੀਗੇ, ਕਿਸਾਨ ਭਰਾਵਾਂ ਦੇ ਨਾਲ ਗੱਲਬਾਤ ਕੀਤੀ ਹੈ, ਜਿਨ੍ਹਾਂ ਦਾ ਇਹ ਕਹਿਣਾ ਕਿ ਪ੍ਰਬੰਧ ਜਿਹੜੇ ਨੇ ਬਿਲਕੁਲ ਸਹੀ ਨੇ ਸਰਕਾਰ ਦੇ ਵੱਲੋਂ ਕੀਤੇ ਹੋਏ, ਪਰ ਮੋਇਸਚਰਾਈਜ਼ਰ ਨੂੰ ਲੈ ਕੇ ਕਿਤੇ ਨਾ ਕਿਤੇ ਜ਼ਰੂਰ ਜਿਹੜੀ ਆ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਜਿਹੜੀ ਫਸਲ ਹੈ ਅਸੀਂ ਉਹ ਥੋੜ੍ਹਾ ਜਿਹਾ ਲੇਟ ਬੀਜੀ ਸੀਗੀ, ਜਿਸ ਕਰਕੇ ਸਾਨੂੰ ਮੋਇਸਚਰਾਈਜ਼ਰ ਦੀ ਥੋੜ੍ਹੀ ਜਿਹੀ ਦਿੱਕਤ ਆ ਰਹੀ ਹੈ, ਮੋਇਸਚਰਾਈਜ਼ਰ ਜ਼ਿਆਦਾ ਆਉਣ ਕਰਕੇ ਫਸਲ ਦੇ ਸਾਨੂੰ ਸੁਕਾਉਣਾ ਪੈ ਰਿਹਾ ਔਰ ਥੋੜ੍ਹਾ ਸਮਾਂ ਧੁੱਪ ਲਵਾਉਣੀ ਪੈ ਰਹੀ ਹੈ। ਜਦੋਂ ਮੋਇਸਚਰਾਈਜ਼ਰ ਜਿਹੜਾ ਸਹੀ ਹੋ ਜਾਊਗਾ ਉਸ ਤੋਂ ਬਾਅਦ ਜਿਹੜੀ ਫਸਲ ਹੈ ਉਹ ਬਿਲਕੁਲ ਉਸ ਤਰ੍ਹਾਂ ਹੀ ਵਿਕ ਜੂਗੀ, ਪਰ ਕਿਤੇ ਨਾ ਕਿਤੇ ਜਾ ਕੇ ਇਹ ਜ਼ਰੂਰ ਹੈਗਾ ਕਿ 2-4 ਦਿਨ ਉਹਨਾਂ ਨੂੰ ਵੇਟ ਜ਼ਰੂਰ ਕਰਨੀ ਪੈ ਰਹੀ ਹੈ ਇਸ ਚੀਜ਼ ਦੀ ਲੈ ਕੇ। ਅੱਗੇ ਮੌਸਮ ਦਾ ਵੀ ਕਹਿ ਸਕਦੇ ਹਾਂ ਕਿ ਖਤਰਾ ਹੈਗਾ ਕਿ ਮੌਸਮ ਖਰਾਬ ਹੋ ਸਕਦਾ, ਤਾਂ ਹੋਰ ਵੀ ਜਿਹੜਾ ਨੁਕਸਾਨ ਹੈ ਉਹ ਚੱਲਣਾ ਪੈ ਸਕਦਾ। ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ, ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ, ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।